ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਜਾਂਚ ਇੱਕੋ ਵਾਰੀ ਜਿਹੜੀ ਸਾਰੀ ਕੰਪਲੀਟ ਕਰਕੇ, ਪਹਿਲਾਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ, ਇਨਕੁਆਇਰੀ ਕੰਪਲੀਟ ਕਰਕੇ ਫਿਰ ਇੱਕ ਰਿਪੋਰਟ ਦਿੱਤੀ ਜਾਊਗੀ। ਬਾਕੀ ਅਸੀਂ ਤਕਰੀਬਨ ਪੰਜਾਬ ਦਾ ਬਹੁਤ ਸਾਰਾ ਹਿੱਸਾ ਕਵਰ ਕਰ ਚੁੱਕੇ ਹਾਂ, ਸਿਰਫ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਬਠਿੰਡਾ, ਮਾਨਸਾ ਬਠਿੰਡਾ, ਇਹ ਜ਼ਿਲ੍ਹੇ ਰਹਿ ਗਏ ਨੇ। ਬਾਕੀ ਸਾਰੇ ਅਸੀਂ ਉਹ ਅਸੀਂ ਮਈ ਵਿੱਚ ਸਾਰੇ ਕੰਪਲੀਟ ਕਰ ਲਾਂਗੇ। ਅੱਜ ਸੰਗਰੂਰ ਦੇ ਵਿੱਚ ਤਿੰਨ ਜਗ੍ਹਾ ਨੇ ਜੀ। ਅੱਜ ਇੱਕ ਤਾਂ ਇੱਥੇ ਪਿੰਡ 'ਚ, ਇਸੇ ਇਲਾਕੇ ਦੇ ਵਿੱਚ ਇੱਕ ਹੋਰ, ਇਸੇ ਪੁਲਿਸ ਸਟੇਸ਼ਨ 'ਚ ਇੱਕ ਹੋਰ ਜਗ੍ਹਾ, ਇੱਕ ਸੰਗਰੂਰ ਸਦਰ ਦੇ ਵਿੱਚ ਹੈ। ਤਿੰਨ ਜਗ੍ਹਾ 'ਤੇ ਅੱਜ ਜਾਣਾ ਅਸੀਂ। ਉੱਥੇ ਅਸੀਂ 25 ਨੂੰ ਜਾ ਰਹੇ ਹਾਂ, ਉਹਨੂੰ ਅਲੱਗ ਰੱਖਿਆ ਉੱਥੇ, ਕਿਉਂਕਿ ਉਹ ਇੱਕ ਵੱਡਾ ਮਾਮਲਾ ਸੀਗਾ, ਉਸਨੂੰ ਅਸੀਂ ਐਕਸਕਲੂਸਿਵਲੀ ਇੱਕ ਦਿਨ ਦਿੱਤਾ ਹੋਇਆ ਸਾਰੀ ਯੂਨੀਵਰਸਿਟੀ। ਮੁਸਤਫਾ ਜੀ, ਕਿਹੜੀ ਮਸਜਿਦ 'ਚ ਮੌਜੂਦ? ਸ਼ਾਹੀ ਮਸਜਿਦ ਮਹਿਲਾ 'ਚ। ਕੀ ਹੋਇਆ ਸੀ, ਪੂਰੀ ਘਟਨਾ ਸੀ ਅਤੇ ਕਿਸ ਤਰ੍ਹਾਂ ਦੀ ਕੁਛ ਪ੍ਰਕਾਸ਼ ਜੀ? ਹਮਨੇ ਤਾਂ ਸੁਬਹ ਹੀ ਦੇਖਾ, ਜੇ ਉਹ 4 ਵਜੇ ਉੱਠਤੇ ਹੈ ਨਮਾਜ਼ ਪੜ੍ਹਨੇ ਕੇ ਲੀਏ।
ਉਸ ਵਕਤ ਬਰਖੇ ਮਿਲੇ ਹੈ ਇੱਕ ਬੱਚੀ ਕੋ ਹਮਰੀ ਉਸਨੇ ਹਮੇਂ ਦਿਖਾਏ ਉਸਕੇ ਬਾਅਦ ਹਮਨੇ ਕੁਰਾਨ ਸ਼ਰੀਫ ਤਲਾਸ਼ ਕੀਆ ਆਪਣਾ ਕੁਰਾਨ ਸ਼ਰੀਫ ਇੱਕ ਬਕਸੇ ਕੇ ਅੰਦਰ ਨਹੀਂ ਥਾ ਉਸਕੇ ਬਾਅਦ ਕੁਰਾਨ ਸ਼ਰੀਫ ਢੂੰਢਣਾ ਸ਼ੁਰੂ ਕਰਾ ਉਹ ਛੱਤ ਕੇ ਉੱਪਰ ਮਿਲਾ ਕੁਰਾਨ ਸ਼ਰੀਫ ਕਦ ਕੀ ਘਟਨਾ ਕੌਣ ਸੀ ਤਾਰੀਖ ਤਾਰੀਖ ਤਾਂ ਪਤਾ ਨਹੀਂ 2 ਸਾਲ ਹੋਏ ਨਹੀਂ 2 ਸਾਲ ਤਕਰੀਬਨ ਬਾਤ ਹੋ ਗਈ ਜੱਜ ਸਾਹਿਬ ਨੇ ਇਹ ਪੁੱਛਿਆ ਗਿਆ ਬਈ ਕੈਸੇ ਹੋਇਆ ਹੈ ਕਿਸ ਤਰੀਕੇ ਸੇ ਹੋਇਆ ਤੁਮਨੇ ਕੋਈ ਦੇਖਾ ਕਿ ਨਹੀਂ ਦੇਖਾ ਬਸ ਇਹ ਪੁੱਛ ਰਹੇ ਥੇ ਕੁਛ ਜੋ ਬੰਦੇ ਥੇ ਉਨਕੋ ਤਾਂ ਪਕੜ ਲਿਆ ਗਿਆ ਜੀ 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 ਹਾਂ ਜੀ ਨਹੀਂ ਜੋ ਪੁਲਿਸ ਨੇ ਕਰਾਇਆ ਜੀ